ਜਨਮਾ ਬੱਚਾ ਹੋਇਆ ਸੀ ਜੀ, ਤਾਜ਼ਾ ਹੀ ਬੱਚਾ ਜਨਮਾ ਹੋਇਆ ਸੀ, ਇੱਥੇ ਅੰਦਰ ਸੱਟ ਕੇ ਤਾਂ ਚਲਾ ਗਿਆ। ਹੁਣ ਇਹ ਨਹੀਂ ਪਤਾ ਵੀ ਉਹ ਰਾਤ ਨੂੰ ਛੱਡ ਗਿਆ ਸਵੇਰੇ। ਜਦੋਂ ਇਹਨੇ ਕੱਪੜਾ ਚੱਕਣ ਦੀ ਕੋਸ਼ਿਸ਼ ਕੀਤੀ 11:30 ਪੌਣੇ ਬਾਰੇ ਕਰੀ ਅਤੇ ਉਹਦੇ ਅੰਦਰ ਬੱਚੇ ਦੀ ਸ਼ਕਲ ਨਜ਼ਰ ਆਈ, ਨਾਲ ਇਹਨੇ ਪ੍ਰਧਾਨ ਜੀ ਨੂੰ ਬੁਲਾਉਣਾ ਸ਼ੁਰੂ ਕੀਤਾ, ਜਿਸ ਨੇ ਵੀ ਇਸ ਬੱਚੇ ਨੂੰ ਇੱਥੇ ਰੱਖ ਕੇ ਗਿਆ। ਮੈਂ ਤਾਂ ਕਹਿੰਦਾ ਪਿਆ ਉਹਨਾਂ ਮਾਂ ਪਿਓ ਦੇ ਉੱਪਰ ਸਖ਼ਤ ਕਾਰਵਾਈ ਹੋਣ ਜਾਣਾ। ਥੋੜ੍ਹੀ ਵੀ ਸਾਹ ਹੁੰਦੀ ਜੀ, ਅਸੀਂ ਤਾਂ ਭੱਜ ਕੇ ਉਹਨੂੰ ਹੋਸਪਿਟਲ ਲੈ ਕੇ ਜਾਂਦੇ ਜੀ। ਜਿਹੜੇ ਇੱਦਾਂ ਦੇ ਮਾਂ ਪਿਓ ਬੱਚੇ ਇੱਦਾਂ ਦੀ ਕਰਤੂਤਾ ਕਰਦੇ ਹੈਗੇ ਹੈ, ਇੱਦਾਂ ਦੇ ਕੰਮ ਕਰਕੇ ਬੱਚਿਆਂ ਨੂੰ ਜਨਮ ਦਿੰਦੇ ਹੈਗੇ ਹੈ, ਮਗਰ ਮੰਦਿਰਾਂ ਗੁਰਦੁਆਰਿਆਂ ਦੇ ਬਾਹਰ ਹੀ ਕਿਉਂ ਛੱਡਦੇ ਹੈਗੇ ਦੱਸੋ ਜੀ? ਜੇ ਤੁਸੀਂ ਬੱਚੇ ਨਹੀਂ ਪਾਲ ਸਕਦੇ, ਨਹੀਂ ਇੱਦਾਂ ਦੀ ਪਰਵਰਿਸ਼ ਕਰ ਸਕਦੇ, ਤਾਂ ਵੀ ਇੱਦਾਂ ਦਾ ਘਿਨਾਉਣਾ ਹਰਕਤ ਕਿਉਂ ਕਰਦੇ ਹੋ? ਲੋਕ 6-6 ਮਹੀਨੇ ਤੱਕ ਸਾਲ ਸਾਲ ਤੱਕ ਤਾਂ ਮੰਨਤ ਮੰਨਦੇ ਆ ਜੀ, ਨੰਗੇ ਪੈਰੀ ਜਾਂਦੇ ਆ ਵੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਇੱਦਾਂ ਦੇ ਸਲੂਕ ਦੇਣੇ ਬੱਚਿਆਂ ਨੂੰ? ਜੇ ਬੱਚੇ ਨੂੰ ਨਹੀਂ ਪਾਲ ਸਕਦੇ, ਇਹਦੇ ਤੁਹਾਨੂੰ 6 ਮਹੀਨੇ ਸਾਲ ਦਾ ਵਰਤ ਰੱਖਣ ਦੀ ਵੀ ਲੋੜ ਨਹੀਂ ਹੈਗੀ, ਤੁਸੀਂ ਨੀ ਸੰਤਾਨ ਹੀ ਹੈ। ਦ ਸਿਟੀ ਹੈਡਲਾਈਨਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਨੇਹਾ ਮਲਿਕ ਸਵਾਗਤ ਕਰਦੀ ਹਾਂ। ਅੱਜ ਤਾਜਪੁਰ ਰੋਡ ਚੰਨੀ ਮੰਦਿਰ ਦੇ ਜਿਹੜੇ ਬਾਹਰ ਖੜ੍ਹੇ ਹੈ, ਜਿੱਥੇ ਕਿ ਅੱਜ ਸਵੇਰੇ ਇੱਕ ਨਵਜਾਤ ਬੱਚੇ ਨੂੰ ਜਿਹੜਾ ਇੱਕ ਨਵਜਾਤ ਸ਼ਿਸ਼ੂ ਨੂੰ ਜਿਹੜਾ ਇੱਕ ਤੇਲੇ ਦੇ ਵਿੱਚ ਬੰਦ ਕਰਕੇ, ਇੱਕ ਝੋਲੇ ਦੇ ਵਿੱਚ ਜਿਹੜਾ ਉਹਨੂੰ ਕਵਰ ਕਰਕੇ ਤੁਸੀਂ ਦੇਖ ਸਕਦੇ ਇਸ ਥਾਂ ਜਿਹੜਾ ਆ ਰੱਖਿਆ ਜਾਂਦਾ ਆ। ਹਜੇ ਤੱਕ ਬੱਚਾ ਕੌਣ ਆ, ਕੀ ਉਹਦੀ ਆਈਡੈਂਟੀ ਹੈ, ਕਿਸ ਦਾ ਉਹ ਬੱਚਾ, ਹਜੇ ਤੱਕ ਜਿਹੜੀ ਇਹ ਚੀਜ਼ਾਂ ਸਾਹਮਣੇ ਦੇ ਵਿੱਚ ਨਹੀਂ ਆਈ ਹੈ, ਕੋਈ ਵੀ ਚੀਜ਼ ਜਿਹੜੀ ਇਹ ਸਾਹਮਣੇ ਨਹੀਂ ਆਈ ਹੈ, ਕੋਈ ਵੀ ਜਿਹੜੀ ਹੈ ਕਾਰਵਾਈ ਬੱਚਾ ਚੋਰੀ ਹੋਣ ਦੀ ਕੋਈ ਵੀ ਕੰਪਲੇਂਟ ਜਿਹੜੀ ਹੈ ਹਜੇ ਤੱਕ ਸਾਹਮਣੇ ਨਹੀਂ ਆਈ ਹੈ। ਪਰ ਅੱਜ ਤੁਹਾਨੂੰ ਦੱਸ ਦਈਏ ਕਿ ਗਰਮੀ ਦਾ ਟਾਈਮ ਸੀਗਾ ਅਤੇ 5 ਤੋਂ 6 ਘੰਟਿਆਂ ਦੇ ਵਿੱਚ ਜਿਹੜਾ ਉਸ ਬੱਚੇ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ। ਉਹ ਬੱਚਾ ਜਿਹੜਾ ਹੈ ਮੁੰਡਾ ਹੁੰਦਾ, ਅਤੇ ਸਾਡੇ ਨਾਲ ਅੱਜ ਕੁਝ ਲੋਕ ਇੱਥੇ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿਸ ਕਿਵੇਂ ਇਹਨਾਂ ਨੇ ਦੇਖਿਆ ਇਹ ਤਾਂ ਹਾਦਸੇ ਨੂੰ, ਅਤੇ ਕੀ ਹੋਇਆ ਸਾਰੀ ਗੱਲਬਾਤ ਕਰਦੇ ਆ ਅਤੇ ਜਾਣਦੇ ਆ ਜਿਨ੍ਹਾਂ ਨੇ ਮੌਕੇ 'ਤੇ ਇਹ ਚੀਜ਼ ਜਿਹੜੀ ਹੈ ਦੇਖੀ। ਆਪਾਂ ਗੱਲ ਕਰਦੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ। ਸਰ ਕੀ ਹੋਇਆ ਸੀਗਾ, ਕਿੱਦਾਂ ਪਤਾ ਲੱਗਿਆ ਉਸ ਥੇਲੇ 'ਚ, ਉਸ ਝੋਲੇ ਦੇ ਵਿੱਚ ਬੱਚਾ ਆ? ਇੱਥੇ ਜੀ 11:30 ਦੇ ਕਰੀਬ ਦੀ ਗੱਲ ਹੈ ਜੀ, ਜਦੋਂ ਮੈਂ ਮੰਦਿਰੋਂ ਨਿਕਲਿਆ ਆਪਣੇ ਦਫ਼ਤਰ ਗਿਆ, ਮੈਂ ਕਿਤੇ ਸੰਸਕਾਰ 'ਤੇ ਜਾਣਾ ਸੀ ਅਤੇ ਸਾਡੇ ਇੱਛਾ ਪੁਣ ਸ਼ਨੀ ਦੇ ਮੰਦਿਰ ਦੇ ਅਧਿਆਕਸ਼ ਹੈ ਮੁਕੇਸ਼ ਖੁਰਾਣਾ ਜੀ। ਮੈਂ ਦੇਖਿਆ 2 ਮਿੰਟ ਬਾਅਦ ਦਫ਼ਤਰ ਜਾ ਕੇ ਵੀ ਭਾਅ ਜੀ ਲਾਈਵ ਹੋਏ ਬਾਹਰ ਆ ਕੇ ਦੇਖਿਆ, ਮੈਂ ਬੱਚੇ ਨਾਲ ਲਾਈਵ, ਮੈਂ ਫਟਾਫਟ ਮੰਦਿਰੋਂ ਆ ਕੇ ਤਾਂ ਦੇਖਿਆ ਇੱਥੇ ਬੱਚਾ ਕੋਈ ਪਲਾਸਟਿਕ ਦਾ ਥੇਲਾ ਸੀ ਜੀ, ਉਹਦੇ ਉੱਪਰ ਸ਼ਰਟ ਦੇ ਅੰਦਰ ਲਪੇਟ ਕੇ ਬੱਚੇ ਨੂੰ ਕੱਪੜੇ ਲਪੇਟ ਕੇ ਜੀ, ਉਹ ਜਨਮਾ ਬੱਚਾ ਹੋਇਆ ਸੀ ਜੀ, ਤਾਜ਼ਾ ਹੀ ਬੱਚਾ ਜਨਮਾ ਹੋਇਆ ਸੀ, ਇੱਥੇ ਅੰਦਰ ਸੱਟ ਕੇ ਤਾਂ ਚਲਾ ਗਿਆ। ਹੁਣ ਇਹ ਨਹੀਂ ਪਤਾ ਵੀ ਉਹ ਰਾਤ ਨੂੰ ਛੱਡ ਗਿਆ ਸਵੇਰੇ, ਸਵੇਰ ਦਾ ਸਾਡੇ ਪੁੱਲ ਵਾਲਾ ਮੁੰਡਾ ਹੈਗਾ ਜੀ, ਇਹਨੇ ਦੇਖਿਆ ਸਵੇਰ ਦਾ ਕੋਈ ਇੱਥੇ ਪਿਆ ਹੈਗਾ ਲਿਫਾਫਾ, ਇਹਦੇ ਅੰਦਰ ਕੱਪੜੇ ਬਾਹਰ ਆ ਰਹੇ ਹੈ, ਇੱਦਾਂ ਕੋਈ ਮੰਦਿਰ ਦੇ ਬਾਹਰ ਆ ਜਾਂਦਾ ਕੋਈ ਕੱਪੜੇ ਦਾਨ ਕਰ ਜਾਂਦਾ, ਦੇਖਿਆ ਕੋਈ ਕੱਪੜੇ ਹੋਣੇ ਵਿੱਚ, ਜਦੋਂ ਇਹਨੇ ਕੱਪੜਾ ਚੱਕਣ ਦੀ ਕੋਸ਼ਿਸ਼ ਕੀਤੀ 11:30 ਬਾਰੇ ਕਰੀ ਅਤੇ ਉਹਦੇ ਅੰਦਰ ਬੱਚੇ ਦੀ ਸ਼ਕਲ ਨਜ਼ਰ ਆਈ, ਨਾਲ ਇਹਨੇ ਪ੍ਰਧਾਨ ਜੀ ਨੂੰ ਬੁਲਾਉਣਾ ਸ਼ੁਰੂ ਕੀਤਾ। ਉਹਦੇ ਬਾਅਦ ਦੇਖਿਆ ਜੀ ਅਸੀਂ ਇੱਥੇ ਇਹਨਾਂ ਦੀ ਇੰਨੀ ਗੰਦੀ ਘਿਨਾਉਣੀ ਹਰਕਤ, ਜਿਸ ਨੇ ਵੀ ਇਸ ਬੱਚੇ ਨੂੰ ਇੱਥੇ ਰੱਖ ਕੇ ਗਿਆ, ਮੈਂ ਤਾਂ ਕਹਿੰਦਾ ਪਿਆ ਉਹਨਾਂ ਮਾਂ ਪਿਓ ਦੇ ਉੱਪਰ ਸਖ਼ਤ ਕਾਰਵਾਈ ਹੋਣ ਜਾਣਾ। ਮਤਲਬ ਕਿ ਕੈਮਰੇ ਦੇ ਵਿੱਚ ਆਏ ਆ, ਕੌਣ ਸੀਗਾ, ਕਿੰਨੇ ਟਾਈਮ ਛੱਡ ਕੇ ਗਏ ਆ, ਕੋਈ ਮਤਲਬ ਕਿ ਕਾਰਵਾਈ ਕੀਤੀ ਹੋਵੇ? ਕੋਈ ਪਤਾ ਨਹੀਂ ਹਲੇ, ਪੁਲਿਸ ਘੱਟੋ 25-30 ਮਿੰਟ ਦੇ ਬਾਅਦ ਘੱਟੋ ਪੁਲਿਸ ਆਈ ਹੈ ਜੀ। ਉਹਦੇ ਬਾਅਦ ਫਿਰ ਅਸੀਂ ਇੱਥੇ ਗਰਮੀ ਬਹੁਤ ਜ਼ਿਆਦਾ ਸੀ ਜੀ, ਅਸੀਂ ਕਿਹਾ ਚਲੋ ਦੇਖੋ ਜੀ ਜਾਨ ਹੈ ਭਾਵੇਂ ਬੰਦਾ ਮਰ ਜਾਵੇ ਜਾਂ ਜਿੰਦਾ ਹੋਵੇ, ਜੇ ਸਾਨੂੰ ਗਰਮੀ ਲੱਗ ਰਹੀ ਤਾਂ ਅਸੀਂ ਸਮਝੋ ਉਹਦੇ ਅੰਦਰ ਜਾਨ ਹੀ ਹੋਣੀ ਹੈ। ਅਸੀਂ ਉਹਨੂੰ ਛਾਵੋਂ ਚੱਕ ਕੇ ਉੱਥੇ ਸਾਈਡ 'ਤੇ ਲੈ ਗਏ ਜੀ। ਜਦੋਂ ਤੁਸੀਂ ਉਸ ਬੱਚੇ ਨੂੰ ਦੇਖਿਓ ਜਿੰਦਾ ਸੀਗਾ ਕਿ ਮਰਿਆ ਹੋਇਆ ਸੀ ਜੀ? ਉਹ ਮਰਿਆ ਹੋਇਆ ਸੀ, ਜੇ ਥੋੜ੍ਹੀ ਵੀ ਸਾਹ ਹੁੰਦੀ ਜੀ ਅਸੀਂ ਤਾਂ ਭੱਜ ਕੇ ਉਹਨੂੰ ਹੋਸਪਿਟਲ ਲੈ ਕੇ ਜਾਂਦੇ ਜੀ। ਜਿਹੜੇ ਇੱਦਾਂ ਦੇ ਮਾਂ ਪਿਓ ਬੱਚੇ ਇੱਦਾਂ ਦੀ ਕਰਤੂਤਾ ਕਰਦੇ ਹੈਗੇ ਹੈ, ਇੱਦਾਂ ਦੇ ਕੰਮ ਕਰਕੇ ਬੱਚਿਆਂ ਨੂੰ ਜਨਮ ਦਿੰਦੇ ਹੈਗੇ ਹੈ, ਮਗਰ ਮੰਦਿਰਾਂ ਗੁਰਦੁਆਰਿਆਂ ਦੇ ਬਾਹਰ ਹੀ ਕਿਉਂ ਛੱਡਦੇ ਹੈਗੇ ਦੱਸੋ ਜੀ? ਉਹ ਜੇ ਤੁਸੀਂ ਬੱਚੇ ਨਹੀਂ ਪਾਲ ਸਕਦੇ, ਨਹੀਂ ਇੱਦਾਂ ਦੀ ਪਰਵਰਿਸ਼ ਕਰ ਸਕਦੇ, ਤਾਂ ਵੀ ਇੱਦਾਂ ਦਾ ਘਿਨਾਉਣਾ ਹਰਕਤ ਕਿਉਂ ਕਰਦੇ ਹੋ? ਮੈਂ ਤਾਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰੂੰਗਾ
ਵੀ ਇੱਦਾਂ ਦੇ ਜਿਹੜੇ ਘਰੋਣੀ ਹਰਕਤ ਕਰਦੇ ਆ ਮਾਂ ਪਿਓ ਵੀ ਬੱਚੇ ਪੈਦਾ ਕਰਕੇ ਮੰਦਰਾਂ ਵਾ ਗੁਰਦੁਆਰੇ ਵਾ ਜਿੱਥੇ ਵੀ ਛੱਡ ਕੇ ਜਾਂਦੇ ਆ ਇਹਨਾਂ ਦੇ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਹੋਣਾ ਜੀ। ਕਿੱਥੇ ਸੀਗਾ ਉਹ ਬੱਚੇ ਇੱਕ ਵਾਰੀ ਸਾਨੂੰ ਦੱਸੋਗੇ ਕਿ ਕਿੱਧਰ ਸੀਗਾ? ਇੱਧਰ ਬਿਲਕੁਲ ਮੰਦਰ ਦੇ ਕੋਲ ਸੀ। ਹਾਂਜੀ, ਲਿਫਾਫੇ ਪੋਲੀਥੀਨ ਸੀ ਜੀ ਪਲਾਸਟਿਕ ਦਾ, ਉਹਦੇ ਅੰਦਰ ਬੱਚਾ ਸੀ, ਇਹਦੀ ਸ਼ਰਟ ਦੇ ਉੱਪਰ ਲਪੇਟੇ ਹੋਇਆ ਸੀ ਤੇ ਇੱਕ ਪਰਨਾ ਜਿਹਾ ਸੀ ਉਹਦੇ ਉੱਤੇ ਲਪੇਟੇ। ਅੱਛਾ, ਲੱਗਦਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲਦੀ ਹੈ, ਜਿੱਥੇ ਕਿ ਆਪਣੇ ਪੰਜਾਬ ਦੀ ਗੱਲ ਕਰ ਲਈਏ ਜਾਂ ਆਪਣੀ ਇੰਡੀਆ ਦੀ ਗੱਲ ਕਰ ਲਈ ਜਾਵੇ, ਟੈਕਨੋਲੋਜੀ ਬਹੁਤ ਜ਼ਿਆਦਾ ਵੱਧਦੀ ਹੋਈ ਨਜ਼ਰ ਆ ਰਹੀ ਹੈ। ਲੋਕ ਜਿਹੜੇ ਸੰਤਾਨ ਪਾਉਣ ਲਈ, ਬੱਚੇ ਪਾਉਣ ਲਈ ਕਦੇ ਕਿੱਥੇ ਜਾ ਰਹੇ ਨੇ, ਕਦੇ ਕੁਛ ਕਰਾ ਰਹੇ ਨੇ, ਕਦੇ ਕੁਛ ਕਰਾ ਰਹੇ ਨੇ, ਪਰ ਜਿਸ ਤਰੀਕੇ ਦੀ ਅੱਜ ਹਾਲਾਤ ਦੇਖਣਗੇ, ਕੀ ਲੱਗਦਾ ਇਸ ਚੀਜ਼ ਨੂੰ ਦੇਖ ਕੇ? ਮੈਂ ਤੁਹਾਡੀ ਗੱਲ ਉਹੀ, ਤੁਸੀਂ ਬਹੁਤ ਵਧੀਆ ਮੇਰੇ ਜਵਾਬ ਤੋਂ ਇਸ ਪਹਿਲਾਂ ਹੀ ਗੱਲ ਕਰ ਲਈ ਹੈਗੀ ਹੈ। ਲੋਕ 6-6 ਮਹੀਨੇ ਤੱਕ ਸਾਲ ਸਾਲ ਤੱਕ ਤਾਂ ਮੰਨਤ ਮੰਨਦੇ ਆ ਜੀ, ਨੰਗੇ ਪੈਰੀ ਜਾਂਦੇ ਆ, ਭੁੱਖ ਰਹਿੰਦੇ ਆ, ਭੁੱਖੇ ਰਹਿੰਦੇ ਆ ਮਾਂ ਪਿਓ, ਵੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਇੱਦਾਂ ਦੇ ਸਲੂਕ ਦੇਣੇ ਬੱਚਿਆਂ ਨੂੰ, ਵੀ ਇੱਦਾਂ ਦਾ ਹਾਦਸਾ ਦੇਣਾ ਬੱਚਿਆਂ ਨੂੰ, ਵੀ ਤੁਸੀਂ ਜੇ ਬੱਚੇ ਨੂੰ ਨਹੀਂ ਪਾਲ ਸਕਦੇ ਇਹਦੇ, ਤੁਹਾਨੂੰ 6 ਮਹੀਨੇ ਸਾਲ ਦਾ ਵਰਤ ਰੱਖਣ ਦੀ ਵੀ ਲੋੜ ਨਹੀਂ ਹੈਗੀ, ਤੁਸੀਂ ਨੀ ਸੰਤਾਨ ਹੀ ਹੈ। ਇਸ ਮਾਹੌਲ ਦੇ ਅੰਦਰ ਜੀ ਪੂਰਾ ਦੇਖੋ ਵਿਸ਼ਵ ਕਿੱਦਾਂ, ਛੋਟਾ ਬੱਚਾ ਉਹਦੀ ਜ਼ਿੰਦਗੀ ਦੇਖੋ, ਇੱਕ ਆਉਣ ਵਾਲਾ ਬੱਚਾ ਕੀ ਉਹਨੇ ਸੰਸਾਰ ਦੇਖਣਾ ਸੀ, ਉਹ ਸੰਸਾਰ ਤੋਂ ਪਹਿਲਾਂ ਉਹਦੀ ਅੱਖਾਂ ਖੁੱਲ੍ਹਣ ਤੋਂ ਪਹਿਲਾਂ ਇਹਨੂੰ ਮੌਤ ਦਿਖਾਤੀ ਗਈ ਹੈ। ਕੁੜੀ ਸੀਗੀ ਕਿ ਮੁੰਡਾ ਸੀਗਾ? ਪਹਿਲਾਂ ਸਾਨੂੰ ਡਿਸਾਈਡ ਨਹੀਂ ਹੋਇਆ ਜੀ, ਕੋਈ ਨਹੀਂ, ਉਹਦੇ ਬਾਅਦ ਅਸੀਂ ਇੱਥੋਂ ਲੈ ਕੇ ਗਏ ਨਾ, ਉਹਨੂੰ ਪੂਰੀ ਤਰ੍ਹਾਂ ਪ੍ਰਧਾਨ ਜੀ ਨੇ ਦੇਖਿਆ, ਉਹ ਮੁੰਡਾ ਸੀ ਜੀ, ਮੁੰਡਾ ਸੀ। ਹਾਂਜੀ। ਅੱਛਾ, ਕਿਹਾ ਜਾਂਦਾ ਜਦੋਂ ਕੁੜੀ ਹੁੰਦੀ ਹੈ ਕੁੜੀਆਂ ਨੂੰ ਬਾਹਰ ਮੰਦਰ ਦੇ ਛੱਡ ਦਿੰਦੇ ਨੇ ਜੇ ਇੱਧਰ, ਪਰ ਮੁੰਡੇ ਨੂੰ ਛੱਡਣ ਲੱਗੇ ਉਹ ਤਾਂ ਕਹਿੰਦੇ ਮੁੰਡੇ ਸਾਡੇ ਘਰ ਦਾ ਵੰਸ਼ ਚਲਾਉਂਦੇ ਨੇ, ਵੰਸ਼ ਹੁੰਦੇ ਨੇ। ਦੇਖੋ ਜੀ, ਵੰਸ਼ ਤੇ ਕੁੜੀਆਂ ਚਲਾਉਂਦੀ ਜ਼ਿਆਦਾ, ਮੁੰਡੇ ਨਹੀਂ ਚਲਾਉਂਦੇ ਹੈਗੇ ਆ। ਜਿੰਨੀ ਫਿਕਰ ਮਾਂ ਪਿਓ ਦੀ ਕੁੜੀਆਂ ਨੂੰ ਹੁੰਦੀ ਨਾ, ਮੁੰਡਿਆਂ ਨੂੰ ਨਹੀਂ ਹੁੰਦੀ ਹੈ। ਮੁੰਡਾ ਸਵੇਰੇ ਘਰੋਂ ਨਿਕਲਦਾ ਤਾਂ ਜ਼ਰੂਰ ਹੈਗਾ, ਮਗਰ ਉਹਦਾ ਕੋਈ ਸਮੇਂ ਨਹੀਂ ਹੁੰਦਾ ਵੀ ਉਹ ਕਿੰਨੇ ਵਜੇ ਆ ਰਿਹਾ। ਕੁੜੀ ਜੇ ਜੋਬ ਕਰਦੀ ਨਾ, ਸਵੇਰੇ 9 ਵਜੇ ਨਿਕਲਦੀ, ਉਹ ਕਹਿੰਦੀ ਮੈਂ 5:15 ਵਜੇ ਆਪਣੇ ਘਰੇ ਪਹੁੰਚਣੀ ਹੈ ਵੀ ਮੰਮੀ ਡੈਡੀ ਦਾ ਫੋਨ ਨਾ ਆ ਜਾਵੇ। ਮੈਂ ਤਾਂ ਕਿਹਾ ਧੀਆਂ ਸਭ ਤੋਂ ਵਧੀਆ ਜੀ, ਬੈਸਟ ਹੈ ਧੀਆਂ। ਧੀਆਂ ਮਾਂ ਦਾ ਮਾਂ ਪਿਓ ਦਾ ਸਤਿਕਾਰ ਕਰਦੀ ਹੈ। ਅਸੀਂ ਧੀਆਂ ਦੀ ਲੋਹੜੀ ਕਿਉਂ ਮਨਾਉਂਦੇ ਹਾਂ? ਇਸ ਕਰਕੇ ਮਨਾਉਂਦੇ ਹਾਂ ਵੀ ਧੀ ਸਾਡੇ ਸੰਸਕਾਰ ਲੈ ਕੇ ਜਾਵੇ। 100 ਬੰਦਾ ਇਕੱਠਾ ਹੁੰਦਾ, ਸੰਸਕਾਰ ਮਿਲਦੇ ਬਹੁਤ ਵਧੀਆ, ਵੀ ਧੀ ਕੁਛ ਨਾ ਕੁਛ ਸਿੱਖ ਕੇ ਜਾਊਗੀ ਅਤੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰੂਗੀ। ਜਦੋਂ ਇਹ ਵਾਰਦਾਤ ਦੇਖਦੇ ਹੋ, ਇੱਦਾਂ ਦੀ ਘਟਨਾ ਦੇਖਦੇ ਹੋ, ਕੀ ਮਨ ਦੇ ਵਿੱਚ ਆਉਂਦਾ ਹੈ, ਕੀ ਕਹਿਣਾ ਚਾਹੋਗੇ? ਸਾਡੇ ਮਨ 'ਚ ਤਾਂ ਇੱਦਾਂ ਕਿ ਹੁਣ ਜੇ ਸਾਨੂੰ ਪਤਾ ਲੱਗ ਜਾਏ ਕਿਹੜਾ ਬੰਦਾ ਛੱਡ ਕੇ ਗਿਆ ਹੈਗਾ ਇੱਥੇ, ਅਸੀਂ ਤਾਂ ਚੌਂਕ ਦੇ ਖੜ੍ਹੇ ਹੋ ਗਏ, ਉਹਦਾ ਉਹ ਹਾਲ ਕਰਾਂਗੇ। ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਕਹੂੰਗਾ ਵੀ ਜੇ ਉਹਦਾ DNA ਤੋਂ ਪਤਾ ਲੱਗਦਾ ਹੈਗਾ, ਕੈਮਰੇ ਵਾਲੇ ਦੋਲੇ ਤੋਂ ਪਤਾ ਲੱਗਦਾ ਵੀ ਇਹ ਬੱਚਾ ਉਹ ਕੋਈ ਪਰਿਵਾਰ ਦਾ ਛੱਡ ਗਿਆ, ਕੋਈ ਹੋਰ ਛੱਡ ਗਿਆ, ਉਹ 'ਤੇ ਸਖ਼ਤ ਕਾਰਵਾਈ ਦੇ, ਹੋ ਸਕੇ ਤਾਂ ਉਹਨੂੰ ਫਾਂਸੀ ਦੀ ਸਜ਼ਾ ਦੇਣ, ਵੀ ਤਾਂ ਕਿ ਇੱਦਾਂ ਦੀ ਕੋਈ ਘਿਨੌਣੀ ਹਰਕਤ ਮੰਦਰ ਗੁਰਦੁਆਰਿਆਂ ਦੇ ਬਾਹਰ ਨਾ ਕਰ ਸਕਣ। ਅਤੇ ਸਾਡੇ ਨਾਲ ਇੱਕ ਬਾਈ ਹੋਰ ਮੌਜੂਦ ਆ ਜੋ ਕਿ ਫੁੱਲਾਂ ਦਾ ਕੰਮ ਕਰਦੇ, ਉਹਨਾਂ ਨੇ ਸਵੇਰੇ ਤੜਕੇ ਬੱਚਾ ਦੇਖਿਆ ਬਈ। ਰਾਮ ਰਾਮ। ਕਿੰਨੇ ਵਜੇ ਦੇਖਿਆ ਸੀ ਤੁਸੀਂ ਬੱਚੇ ਨੂੰ? ਜੀ ਮੈਂ ਤਾਂ ਦੇਖਾ ਸਵੇਰੇ ਆਇਆ, ਮੈਂ ਦੁਕਾਨ ਖੋਲਾ ਤਾਂ ਮੈਨੇ ਦੇਖਾ ਝੋਰਾ ਪਾਰਾ ਹੁਆ ਹੈ, ਮੈਨੇ ਆ ਕੇ ਇੱਧਰ ਝਾੜੂ ਮਾਰਤਾ, ਝਾੜੂ ਮਾਰਾ ਤਾਂ ਮੈਨੇ ਦੁਕਾਨ ਦੇ ਐਸੇ ਜਾ ਕੇ ਦੇਖਾ ਤਾਂ ਕਪੜਾ ਜੈਸੇ ਪਾਰਾ ਹੁਆ ਥਾ, ਤਾਂ ਮੈਨੇ ਕਹਾ ਕਪੜਾ ਉਪੜਾ ਕੋਈ ਰੱਖ ਗਿਆ ਹੈ, ਤਾਂ ਮੈਨੇ ਆਪਣਾ ਕੰਮ ਮੈਂ ਲੱਗਿਆ, ਕੰਮ ਕਰਨੇ ਲੱਗਿਆ। ਉਹ ਇੱਕ ਭੀਕ ਮੰਗਣੇ ਵਾਲੀ ਆਈ ਹੈ ਅੰਦਰ, ਮੈਨੇ ਕਹਾ ਚੱਲ ਇੱਧਰ ਨਹੀਂ ਭੀਕ ਮੰਗਣੇ ਦਿੱਤੇ ਕਿਸ ਕੋ, ਤੁਮ ਬਾਹਰ ਜਾਓ। ਤੋ ਫਿਰ ਵੀ ਉਹ ਕਹਤਾ ਮੈਂ ਪਾਣੀ ਪੀਣਾ, ਮੈਨੇ ਕਹਾ ਅੰਦਰ ਪਾਣੀ ਪੀ ਲੇ, ਉਹ ਕਹਿਆ ਪਾਣੀ ਪੀਣਾ, ਮੈਨੇ ਕਹਾ ਕਿ ਇਸ ਜੋੜਾ ਕੋ ਦੇਖਤਾ ਹੂੰ ਤਾਂ ਇਸ ਮੈਂ ਕਪੜਾ ਹੋਗਾ ਉਸਕੋ ਦੇ ਦੂੰਗਾ, ਗਰੀਬ ਆਦਮੀ ਦੇ ਜਾਏਗਾ ਆਪਣਾ। ਜਬ ਮੈਨੇ ਗਿਆ ਜੋੜਾ ਕੋ ਇਸੇ ਕਪੜਾ ਹਟਾਇਆ ਤੋ ਮੇਰੇ ਮੂੜੀ ਬੱਚਾ ਕਲ ਹੋ ਗਿਆ, ਤੋ ਮੈਨੇ ਜਾ ਕੇ ਖਬਰ ਦਿਆ ਪ੍ਰਧਾਨ ਜੀ ਕੋ, ਐਸੇ ਐਸੇ ਗੇਟ ਪਰ ਹੈ ਤਾਂ ਜੋੜਾ ਮੈਂ ਕਰਕੇ ਬੱਚਾ ਕਿਸੀ ਨੇ ਰੱਖਾ ਹੁਆ ਹੈ। ਪ੍ਰਧਾਨ ਜੀ ਦੇਖਿਆ ਵੀ ਬੱਚਾ ਲੱਗ ਰਿਹਾ ਸੀ ਵੀ ਜਿੰਦਾ ਆ ਜਾਂ ਫਿਰ ਬੱਚਾ ਜਿਹੜਾ ਮਰ? ਨਹੀਂ, ਮੋਰਾ ਹੁਆ ਥਾ ਬੱਚਾ, ਵੈਸੇ ਹੀ ਦੇ ਕੇ ਮੋਰਾ ਹੁਆ ਇਕਦਮ ਬੱਚਾ ਦਾ। ਤੋ ਮੈਨੇ ਪ੍ਰਧਾਨ ਜੀ ਕੋ ਬਤਾਏ, ਉਹ ਆਏ ਤਾਂ ਸਭੀ ਆ ਗਏ, ਸਭੀ ਲੋਕ ਦੇਖਣੇ ਲੱਗੇ ਉਨਕੋ, ਤਾਂ ਫਿਰ ਮੈਨੇ ਬੋਰਾ ਉਹ ਝੋੜਾ ਥਾ, ਝੋੜਾ ਕੋ ਪਹਿਲਾਂ ਕਾਟੇ ਉੱਤੇ ਫਿਰ ਯਹਾਂ ਪੇ ਲਗਾਏ ਹੈ, ਤੋ ਆ ਕੇ ਸਭੀ ਦੇਖਣ 'ਚ ਕੀ ਲੱਗ ਰਿਹਾ ਸੀ ਕਿ ਕਿੰਨਾ ਟਾਈਮ ਦਾ ਉਹ ਬੱਚਾ ਹੋ ਸਕਦਾ, 1 ਘੰਟੇ ਦਾ ਜਾਂ ਫਿਰ ਕਹਿ ਸਕਦੇ ਆਪਾਂ 1 ਦਿਨ ਦਾ ਜਾਂ ਫਿਰ ਕੁਛ ਘੰਟੇ ਦਾ ਬੱਚਾ ਹੋ ਸਕਦਾ? ਜੈਸੇ ਰਾਤ ਕੋ ਹੋਆ ਹੋਗਾ, ਐਸੇ ਹੀ ਲੱਗਦਾ ਤਾ ਰਾਤ ਕੋ ਹੋਆ ਬੱਚਾ ਰੱਖ ਗਿਆ।
ਸੋ ਇਹ ਘਟਨਾ ਹੋਈ ਹੈ ਤਾਜਪੁਰ ਰੋਡ ਦੇ ਸ਼ਿਵਜੀ ਮੰਦਿਰ ਦੇ ਬਾਹਰ, ਜਿੱਥੇ ਕਿ ਇੱਕ ਬੱਚੇ ਨੂੰ ਜਿਹੜਾ ਥੈਲੇ ਦੇ ਵਿੱਚ ਪਾ ਕੇ ਪੂਰਾ ਕਵਰ ਕਰਕੇ ਛੱਡ ਦਿੱਤਾ ਜਾਂਦਾ ਹੈ। ਪਰ ਹਜੇ ਤੱਕ ਬੱਚਾ ਕੌਣ ਆ, ਕੀ ਉਹਦਾ ਪਹਿਚਾਣ ਆ, ਹਜੇ ਤੱਕ ਕੁਛ ਵੀ ਜਿਹੜਾ ਆ ਕਲੀਅਰ ਨਹੀਂ ਪਤਾ ਲੱਗਿਆ, ਨਾ ਕੁਝ ਜਿਹੜੀ ਹੈ ਜਾਣਕਾਰੀ ਮਿਲ ਰਹੀ ਹੈ। ਤੁਸੀਂ ਕੀ ਸਮਝਦੇ ਹੋ ਇੱਦਾਂ ਦੀ ਘਿਨਾਉਣੀ ਹਰਕਤ ਨੂੰ ਕਿ ਆਪਣੇ ਬੱਚੇ ਜਿਹੜੇ ਮੰਦਿਰ ਦੇ ਬਾਹਰ ਛੱਡ ਜਾਂਦੇ, ਕੀ ਕਹਿਣਾ ਚਾਹੋਗੇ ਇੱਦਾਂ ਦੇ ਮਾਪਿਆਂ ਨੂੰ, ਇੱਦਾਂ ਦੇ ਰਿਸ਼ਤੇਦਾਰਾਂ ਨੂੰ? ਸਾਨੂੰ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਜ਼ਰੂਰ ਦਿਓ, ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਅਤੇ ਹੋਰ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਅਤੇ ਦੇਖਦੇ ਰਹੋ ਸਿਟੀ ਹੈਡਲਾਈਨਸ। ਮੈਂ ਨੇਹਾ ਮਲਿਕ, ਕੈਮਰਾ ਪਰਸਨ ਲੱਕੀ ਨਾਲ।